ਲਾਈਵ ਸ਼ੋਅ ਦੇ ਵਿੱਚ ਰਣਜੀਤ ਬਾਵਾ ਨੇ ਉਹਨਾਂ ਸਾਰੇ ਕਲਾਕਾਰਾਂ ਦੀ ਚੰਗੀ ਕਲਾਸ ਲਾਈ ਜਿਹੜੇ ਅੱਜ ਸਿੱਧੂ ਦੇ ਜਾਨ ਤੋਂ ਬਾਅਦ ਉਹਦਾ ਨਾਂ ਲੈ ਕੇ ਉਹਦੇ ਗਾਣੇ ਗਾ ਕੇ ਉਹਦੀਆਂ ਫੋਟੋਆਂ ਸ਼ੇਅਰ ਕਰਕੇ ਉਹਨੂੰ ਸ਼ਰਧਾਂਜਲੀ ਦੇਣ ਦੇ ਨਾਂ ਤੇ ਆਪਣੇ ਸ਼ੋਅ ਚਲਾ ਰਹੇ ਨੇ ਤੇ ਉਹਦੇ ਜਾਨ ਤੋਂ ਬਾਅਦ ਉਹਦੇ ਨਾਮ ਦਾ ਪੈਸਾ ਛਾਪ ਰਹੇ ਨੇ ਰਣਜੀਤ ਬਾਵਾ ਨੇ ਕਿਹਾ ਕਿ ਅੱਜ ਜਿਹੜੇ ਪੰਜਾਬੀ ਕਲਾਕਾਰ ਸਟੇਜਾਂ ਤੇ ਚੜ ਚੜ ਥਾਪੀਆਂ ਮਾਰ ਰਹੇ ਨੇ ਇਹ ਉਹਦੇ ਜਿਉਂਦੇ ਜੀ ਉਹਦੇ ਲੱਗੇ ਨਹੀਂ ਸੀ ਲੱਗਦੇ ਤੇ ਇਹਨਾਂ ਵਿੱਚੋਂ ਕੋਈ ਤਾਂ ਐਸੇ ਨਹੀਂ ਜਿਨ੍ਹਾਂ ਨੂੰ ਡਰ ਰਹਾ ਕਿ ਅਸੀਂ ਜੇ ਸਿੱਧੂ ਬਾਰੇ ਨਾ ਬੋਲੇ ਤਾਂ ਲੋਕ ਸਾਨੂੰ ਮਾੜਾ ਕਹਿਣਗੇ ਤੇ ਬਾਵੇ ਨੇ ਇਹ ਵੀ ਕਿਹਾ ਕਿ ਕੁਝ ਕਲਾਕਾਰ ਤਾਂ ਇੱਥੋਂ ਤੱਕ ਗਿਰ ਚੁੱਕੇ ਨੇ ਕਿ ਸਿੱਧੂ ਦੇ ਨਾਮ ਤੇ ਬਣਾਏ ਗਾਣਿਆਂ ਤੋਂ ਪੈਸਾ ਕਮਾ ਰਹੇ ਨੇ ਤੇ ਇੱਕ ਤਰੀਕੇ ਨਾਲ ਆਜੋ ਦਾ ਨਾਮ ਵੇਚ ਕੇ ਜੋਆ ਫੇਮ ਲੈ ਰਹੇ ਨੇ ਤੇ ਇਹਦੇ ਨਾਲ ਰঞ্জੀਤ ਬਾਵਾ ਨੇ ਕਿਹਾ ਕਿ ਜਦੋਂ ਮੈਂ ਸਿੱਧੂ ਦੇ ਪਿਤਾ ਨਾਲ ਗੱਲ ਕੀਤੀ ਸੀ ਤਾਂ ਉਹਦੇ ਪਿਤਾ ਜੀ ਨੇ ਇਹ ਗੱਲ ਕਹੀ ਕਿ ਸਿੱਧੂ ਨੂੰ ਵੋਟਾਂ ਦੀ ਕੋਈ ਭੁੱਖ ਨਹੀਂ ਸੀ ਜਿਉ ਮਾਨਸਾ ਤੋਂ ਇਲੈਕਸ਼ਨ ਲੜਿਆ ਤਾਂ ਉਹਨੂੰ ਇਹ ਸੀ ਕਿ ਜੇ ਮੈਂ ਇਲੈਕਸ਼ਨ ਜਿੱਤ ਗਿਆ ਤਾਂ ਮੇਰੀ ਸਿਕਿਉਰਿਟੀ ਪੱਕੀ ਹੋ ਜਾਊ ਤੇ ਜਿਹੜੇ ਮੈਨੂੰ ਰੋਜ਼-ਰੋਜ਼ ਧਮਕੀਆਂ ਦੇਂਦੇ ਨੇ ਤੇ ਫਿਰ ਇਹਨਾਂ ਤੋਂ ਵੀ ਮੈਂ ਡਰਨ ਦੀ ਕੋਈ ਲੋੜ ਨਹੀਂ ਤੇ ਰਣਜੀਤ ਬਾਵਾ ਨੇ ਇਹ ਵੀ ਕਿਹਾ ਕਿ ਅੱਜ ਦੇ ਟਾਈਮ ਤੇ ਸਾਨੂੰ ਇਕੱਠੇ ਹੋਣ ਦੀ ਲੋੜ ਆ ਤੇ ਜਿਹੜੇ ਕਲਾਕਾਰ ਅੱਜ ਸਭ ਜਾਣਦੇ ਹੋਏ ਵੀ ਚੁੱਪ ਹੋਏ ਬੈਠੇ ਨੇ ਇਹਨਾਂ ਸਾਰਿਆਂ ਨੂੰ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਕਿਉਂਕਿ ਜੇ ਅੱਜ ਕੋਸ਼ਨਾ ਕੀਤਾ ਤਾਂ ਕੱਲੂ ਪੰਜਾਬ ਵਿੱਚ ਕੋਈ ਗੌਣ ਵਾਲਾ ਨਹੀਂ ਬਚਣਾ ਤੇ ਬਾਵੇ ਨੇ ਕਿਹਾ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਦਾਂ ਪਿਛਲੇ ਦਿਨੀ ਸੰਦੀਪ ਨੰਗਲਬੀਆਂ ਦੇ ਗੋਲੀਆਂ ਚੱਲੀਆਂ ਸੀ ਉਸ ਤੋਂ ਬਾਅਦ ਕਬੱਡੀ ਦੇ ਵੱਡੇ ਵੱਡੇ ਖਿਡਾਰੀ ਜਵਾ ਵਿਦੇਸ਼ਾਂ ਵਿੱਚ ਚਲੇ ਗਏ ਤੇ ਇੱਥੋਂ ਤੱਕ ਕਿ ਕਬੱਡੀ ਦੇ ਮੈਚ ਹੋਣੇ ਵੀ ਪੰਜਾਬ ਵਿੱਚ ਬੰਦ ਹੋ ਗਏ ਤੇ ਇਸ ਤਰ੍ਹਾਂ ਪੰਜਾਬ ਦੀ ਗਾਇਕੀ ਤੇ ਵਾਰ ਕੀਤਾ ਜਾ ਰਿਹਾ ਹੈ ਤੇ ਜੇਹੀ ਹਾਲਾਤ ਰਹੇ ਤਾਂ ਆਉਣ ਵਾਲੇ ਟਾਈਮ ਵਿੱਚ ਪੰਜਾਬ ਦੀ ਗਾਇਕੀ ਵੀ ਖਤਮ ਹੋ ਜਾਏਗੀ